ਇਹਨੂੰ ਫੜਾਉਣਾ ਨੀ, ਹੱਥ ਨਾ ਲਾਏ, ਹੱਥ ਨਾ ਲਾਏ ਦਿਮਾਗ ਚ ਆ ਤੂੰ ਦੱਸ ਕਿੱਥੋਂ ਦੇ ਆ ਨਾ ਵੇ ਤੋ ਵੱਡੇ ਪਾਟੇ ਬਣਾ ਕੇ ਫਿਰ ਗੁਰੂ ਘਰ ਦੀ ਹਦੂਦ ਦੇ ਅੰਦਰ ਹੀ ਗੁਰਦੁਆਰੇ ਦੇ ਪ੍ਰਬੰਧਕ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਦਰਅਸਲ ਕੁਝ ਦਿਨ ਪਹਿਲਾਂ ਇੱਕ ਪਰਿਵਾਰ ਵੱਲੋਂ ਉਹਨਾਂ ਦੀ ਲੜਕੀ ਦੀ ਚੋਰੀ ਛਿਪੇ ਸ਼ਾਦੀ ਕਰਵਾ ਕੇ ਉਸਦਾ ਜਾਲੀ ਮੈਰਿਜ ਸਰਟੀਫਿਕੇਟ ਬਣਾਉਣ ਦਾ ਦੋਸ਼ ਗੁਰਦੁਆਰੇ ਦੇ ਪ੍ਰਬੰਧਕ ਮਨਪ੍ਰੀਤ ਸਿੰਘ ਦੇ ਉੱਤੇ ਲਾਇਆ ਗਿਆ ਸੀ, ਜਿਸ ਮੌਕੇ ਦੋਨਾਂ ਧਿਰਾਂ ਦੇ ਵਿੱਚ ਪੁਲਿਸ ਦੀ ਹਾਜ਼ਰੀ 'ਚ ਹੀ ਬਹਿਸਬਾਜ਼ੀ ਤੋਂ ਬਾਅਦ ਗੱਲ ਹੱਥਾਂ ਪਾਈ ਤੱਕ ਪਹੁੰਚ ਗਈ ਸੀ। ਪਰ ਮੌਕੇ 'ਤੇ ਪੁਲਿਸ ਨੇ ਸਥਿਤੀ 'ਤੇ ਕਾਬੂ ਪਾ ਲਿਆ ਅਤੇ ਦੋਨਾਂ ਧਿਰਾਂ ਨੂੰ ਅਲੱਗ ਕਰਵਾਇਆ ਸੀ। ਪਰ ਇਸੇ ਦੌਰਾਨ ਗੁਰਦੁਆਰਾ ਦੀ ਹਦੂਦ ਅੰਦਰ ਕੁਝ ਵਹੀਕਲ ਪਾਏ ਗਏ ਸੀ, ਜਿਨ੍ਹਾਂ ਨੂੰ ਪੁਲਿਸ ਵੱਲੋਂ ਜਾਂਚ ਲਈ ਆਪਣੇ ਕਬਜ਼ੇ 'ਚ ਲੈ ਲਿਆ ਸੀ। ਬੀਤੇ ਕੱਲ੍ਹ ਮਨਪ੍ਰੀਤ ਸਿੰਘ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਸੀ, ਜਿਸ ਦੇ ਵਿੱਚ ਜਾਲੀ ਮੈਰਿਜ ਸਰਟੀਫਿਕੇਟ ਬਣਾਉਣ ਦੇ ਦੋਸ਼ਾਂ ਨੂੰ ਨਕਾਰਿਆ ਸੀ ਅਤੇ ਨਾਲ ਹੀ ਗੁਰਦੁਆਰਾ ਸਾਹਿਬ 'ਚੋਂ ਬਰਾਮਦ ਕੀਤੇ ਵਹੀਕਲਾਂ ਦੇ ਦਸਤਾਵੇਜ਼ ਪੇਸ਼ ਕਰ ਦਾਅਵਾ ਕੀਤਾ ਸੀ ਕਿ ਜ਼ਰੂਰਤਮੰਦ ਲੋਕਾਂ ਵੱਲੋਂ ਗਹਿਣੇ ਰੱਖੇ ਗਏ ਵਹੀਕਲ ਹਨ। ਪਰ ਪੁਲਿਸ ਦੀ ਜਾਂਚ 'ਚ ਇੱਕ ਨਵਾਂ ਮੋੜ ਸਾਹਮਣੇ ਆਇਆ, ਜਦੋਂ ਪੁਲਿਸ ਨੇ ਜਾਂਚ 'ਚ ਪਾਇਆ ਕਿ ਬਰਾਮਦ ਕੀਤੇ ਮੋਟਰਸਾਈਕਲਾਂ 'ਚ 4 ਮੋਟਰਸਾਈਕਲਾਂ ਦੇ ਨੰਬਰ ਜਾਲੀ ਲੱਗੇ ਹੋਏ ਹਨ, ਜੋ ਕਿ ਚੋਰੀ ਦੇ ਹੋ ਸਕਦੇ ਹਨ। ਤਾਂ ਇਸ ਘਟਨਾ ਤੋਂ ਬਾਅਦ ਇੱਕ ਵਾਰ ਫਿਰ ਤੋਂ ਮਾਹੌਲ ਗਰਮਾ ਗਿਆ। ਦੱਸ ਦਈਏ ਕਿ ਇਸ ਦੌਰਾਨ ਇੱਕ ਵਾਰ ਫਿਰ ਤੋਂ ਕਿਹਾ ਜਾ ਰਿਹਾ ਹੈ ਕਿ ਗੁਰਦੁਆਰੇ ਦੇ ਪ੍ਰਬੰਧਕ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ ਇਸ ਦੌਰਾਨ ਪੁਲਿਸ ਵੀ ਮੌਕੇ ਦੇ ਉੱਤੇ ਮੌਜੂਦ ਰਹੀ ਸੀ, ਪਰ ਪੁਲਿਸ ਵੀ ਇੱਕ ਵਾਰ ਤਾਂ ਦੂਰ ਖੜੀ ਦਿਖਾਈ ਦਿੱਤੀ। ਪਰ ਇੰਨੇ ਦੇ ਵਿੱਚ ਹੀ ਕਿਹਾ ਜਾ ਰਿਹਾ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਆ ਕੇ ਇਸ ਲੜਾਈ ਨੂੰ ਸ਼ਾਂਤ ਕਰਵਾਇਆ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ। ਹਾਂਜੀ, ਪਿਛਲੇ ਦਿਨੀ ਮੁਕੱਦਮਾ ਨੰਬਰ 266/24 ਦਰਜ ਹੋਇਆ ਸੀਗਾ ਜੀ। ਉਹਦੇ ਸੰਬੰਧ 'ਚ ਮਨਪ੍ਰੀਤ ਸਿੰਘ ਦੇ ਗੁਰਦੁਆਰਾ ਸਾਹਿਬ ਨੇੜੇ ਬਣੀ ਬਿਲਡਿੰਗ ਵਿੱਚੋਂ 10 ਮੋਟਰਸਾਈਕਲ ਬਰਾਮਦ ਕੀਤੇ ਗਏ ਸੀ, ਜਿਨ੍ਹਾਂ ਦੇ ਅਸੀਂ ਨੰਬਰ ਵੈਰੀਫਾਈ ਕਰਾ ਰਹੇ ਹਾਂ। ਜਿਨ੍ਹਾਂ ਵਿੱਚੋਂ 4 ਮੋਟਰਸਾਈਕਲਾਂ ਦੇ ਨੰਬਰ ਹੋਰ ਵਹੀਕਲਾਂ ਦੇ ਪਾਏ ਗਏ ਹਨ, ਜਿਸ 'ਤੇ ਅਸੀਂ ਇਸ ਮੁਕੱਦਮੇ ਵਿੱਚ ਕਰਪਟ ਨੰਬਰ 59 ਨਾਲ ਵਾਧਾ ਜੁਰਮ 303 ਅਤੇ 317 ਦਾ ਕਰਕੇ ਮਨਪ੍ਰੀਤ ਸਿੰਘ ਬਾਬਾ ਦੇ ਖਿਲਾਫ਼ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ। ਕਿੰਨੇ ਵਹੀਕਲ ਟੋਟਲ ਲੱਗੇ ਤੇ ਜਿਹੜੇ ਕੁੱਲ 10 ਵਹੀਕਲ ਸੀਗੇ, ਦੂਸਰਿਆਂ ਦੀ ਵੈਰੀਫਾਈ ਅਸੀਂ DTO ਦਫ਼ਤਰ ਤੋਂ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਕਰਵਾ ਰਹੇ ਹਾਂ, ਉਹਨਾਂ ਬਾਰੇ ਵੀ ਰਿਕਾਰਡ ਆਉਣ 'ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ। ਇਹਨੂੰ ਫੜਾਉਣਾ ਨੀ, ਹੱਥ ਨਾ ਲਾਏ, ਹੱਥ ਨਾ ਲਾਏ ਦਿਮਾਗ ਚ ਆ ਤੂੰ ਦੱਸ ਕਿੱਥੋਂ ਦੇ ਆਏ ਨਾ ਵੇ ਤੋ ਵੱਡੇ ਪਾਟੇ ਬਣਾ ਕੇ ਫਿਰ ਆਈ ਆ ਗੁਰੂ ਘਰ ਦੀ ਹਦੂਦ ਦੇ ਅੰਦਰ ਹੀ ਗੁਰਦੁਆਰੇ ਦੇ ਪ੍ਰਬੰਧਕ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਦਰਅਸਲ ਕੁਝ ਦਿਨ ਪਹਿਲਾਂ ਇੱਕ ਪਰਿਵਾਰ ਵੱਲੋਂ ਉਹਨਾਂ ਦੀ ਲੜਕੀ ਦੀ ਚੋਰੀ ਛਿਪੇ ਸ਼ਾਦੀ ਕਰਵਾ ਕੇ ਉਸਦਾ ਜਾਲੀ ਮੈਰਿਜ ਸਰਟੀਫਿਕੇਟ ਬਣਾਉਣ ਦਾ ਦੋਸ਼ ਗੁਰਦੁਆਰੇ ਦੇ ਪ੍ਰਬੰਧਕ ਮਨਪ੍ਰੀਤ ਸਿੰਘ ਦੇ ਉੱਤੇ ਲਾਇਆ ਗਿਆ ਸੀ, ਜਿਸ ਮੌਕੇ ਦੋਨਾਂ ਧਿਰਾਂ ਦੇ ਵਿੱਚ ਪੁਲਿਸ ਦੀ ਹਾਜ਼ਰੀ 'ਚ ਹੀ
ਬਹਿਸਬਾਜ਼ੀ ਤੋਂ ਬਾਅਦ ਗੱਲ ਹੱਥਾਂ ਪਾਈ ਤੱਕ ਪਹੁੰਚ ਗਈ ਸੀ, ਪਰ ਮੌਕੇ ਤੇ ਪੁਲਿਸ ਨੇ ਸਥਿਤੀ ਤੇ ਕਾਬੂ ਪਾ ਲਿਆ ਅਤੇ ਦੋਨਾਂ ਧਿਰਾਂ ਨੂੰ ਅਲੱਗ ਕਰਵਾਇਆ ਸੀ। ਪਰ ਇਸੇ ਦੌਰਾਨ ਗੁਰਦੁਆਰਾ ਦੀ ਹਦੂਦ ਅੰਦਰ ਕੁਝ ਵਹੀਕਲ ਪਾਏ ਗਏ ਸੀ, ਜਿਨ੍ਹਾਂ ਨੂੰ ਪੁਲਿਸ ਵੱਲੋਂ ਜਾਂਚ ਲਈ ਆਪਣੇ ਕਬਜ਼ੇ 'ਚ ਲੈ ਲਿਆ ਸੀ। ਬੀਤੇ ਕੱਲ੍ਹ ਮਨਪ੍ਰੀਤ ਸਿੰਘ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਸੀ, ਜਿਸ ਦੇ ਵਿੱਚ ਜਾਲੀ ਮੈਰਿਜ ਸਰਟੀਫਿਕੇਟ ਬਣਾਉਣ ਦੇ ਦੋਸ਼ਾਂ ਨੂੰ ਨਕਾਰਿਆ ਸੀ ਅਤੇ ਨਾਲ ਹੀ ਗੁਰਦੁਆਰਾ ਸਾਹਿਬ 'ਚੋਂ ਬਰਾਮਦ ਕੀਤੇ ਵਹੀਕਲਾਂ ਦੇ ਦਸਤਾਵੇਜ਼ ਪੇਸ਼ ਕਰ ਦਾਅਵਾ ਕੀਤਾ ਸੀ ਕਿ ਜ਼ਰੂਰਤਮੰਦ ਲੋਕਾਂ ਵੱਲੋਂ ਗਹਿਣੇ ਰੱਖੇ ਗਏ ਵਹੀਕਲ ਹਨ। ਪਰ ਪੁਲਿਸ ਦੀ ਜਾਂਚ 'ਚ ਇੱਕ ਨਵਾਂ ਮੋੜ ਸਾਹਮਣੇ ਆਇਆ, ਜਦੋਂ ਪੁਲਿਸ ਨੇ ਜਾਂਚ 'ਚ ਪਾਇਆ ਕਿ ਬਰਾਮਦ ਕੀਤੇ ਮੋਟਰਸਾਈਕਲਾਂ 'ਚ 4 ਮੋਟਰਸਾਈਕਲਾਂ ਦੇ ਨੰਬਰ ਜਾਲੀ ਲੱਗੇ ਹੋਏ ਹਨ, ਜੋ ਕਿ ਚੋਰੀ ਦੇ ਹੋ ਸਕਦੇ ਹਨ। ਤਾਂ ਇਸ ਘਟਨਾ ਤੋਂ ਬਾਅਦ ਇੱਕ ਵਾਰ ਫਿਰ ਤੋਂ ਮਾਹੌਲ ਗਰਮਾ ਗਿਆ। ਦੱਸ ਦਈਏ ਕਿ ਇਸ ਦੌਰਾਨ ਇੱਕ ਵਾਰ ਫਿਰ ਤੋਂ ਕਿਹਾ ਜਾ ਰਿਹਾ ਕਿ ਗੁਰਦੁਆਰੇ ਦੇ ਪ੍ਰਬੰਧਕ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ ਇਸ ਦੌਰਾਨ ਪੁਲਿਸ ਵੀ ਮੌਕੇ ਦੇ ਉੱਤੇ ਮੌਜੂਦ ਰਹੀ ਸੀ, ਪਰ ਪੁਲਿਸ ਵੀ ਇੱਕ ਵਾਰ ਤਾਂ ਦੂਰ ਖੜੀ ਦਿਖਾਈ ਦਿੱਤੀ। ਪਰ ਇੰਨੇ ਦੇ ਵਿੱਚ ਹੀ ਕਿਹਾ ਜਾ ਰਿਹਾ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਆ ਕੇ ਇਸ ਲੜਾਈ ਨੂੰ ਸ਼ਾਂਤ ਕਰਵਾਇਆ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ। ਹਾਂਜੀ, ਪਿਛਲੇ ਦਿਨ ਮੁਕੱਦਮਾ ਨੰਬਰ 266/24 ਦਰਜ ਹੋਇਆ ਸੀਗਾ ਜੀ। ਉਹਦੇ ਸੰਬੰਧ 'ਚ ਮਨਪ੍ਰੀਤ ਸਿੰਘ ਦੇ ਗੁਰਦੁਆਰਾ ਸਾਹਿਬ ਨੇੜੇ ਬਣੀ ਬਿਲਡਿੰਗ ਵਿੱਚੋਂ 10 ਮੋਟਰਸਾਈਕਲ ਬਰਾਮਦ ਕੀਤੇ ਗਏ ਸੀ, ਜਿਨ੍ਹਾਂ ਦੇ ਅਸੀਂ ਨੰਬਰ ਵੈਰੀਫਾਈ ਕਰਾ ਰਹੇ ਹਾਂ। ਜਿਨ੍ਹਾਂ ਵਿੱਚੋਂ 4 ਮੋਟਰਸਾਈਕਲਾਂ ਦੇ ਨੰਬਰ ਹੋਰ ਵਹੀਕਲਾਂ ਦੇ ਪਾਏ ਗਏ ਹਨ, ਜਿਸ 'ਤੇ ਅਸੀਂ ਇਸ ਮੁਕੱਦਮੇ ਵਿੱਚ ਕਰਪਟ ਨੰਬਰ 49 ਨਾਲ ਵਾਧਾ ਜੁਰਮ 303 ਅਤੇ 317 ਦਾ ਕਰਕੇ ਮਨਪ੍ਰੀਤ ਸਿੰਘ ਬਾਬਾ ਦੇ ਖਿਲਾਫ਼ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ। ਕਿੰਨੇ ਵਹੀਕਲ ਸੀ ਟੋਟਲ ਜਿਹੜੇ ਲੱਗੇ ਤੇ ਜਿਹੜੇ? ਕੁੱਲ 10 ਵਹੀਕਲ ਸੀਗੇ। ਦੂਸਰਿਆਂ ਦੀ ਵੈਰੀਫਾਈ ਅਸੀਂ DTO ਦਫ਼ਤਰ ਤੋਂ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਕਰਵਾ ਰਹੇ ਹਾਂ, ਉਹਨਾਂ ਬਾਰੇ ਵੀ ਰਿਕਾਰਡ ਆਉਣ 'ਤੇ ਅਗਲੀ ਕਾਰਵਾਈ ਅਮਲ।